ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲੈਣਾ ਬੁਟੀਕ ਤੋਂ ਅੱਜ ਆਪਾਂ ਤੁਹਾਡੇ ਲਈ ਮਸ਼ੀਨ ਵਰਕ ਦੇ ਕੁਝ ਸੂਟ ਲੈ ਕੇ ਆਏ ਹਾਂ ਜੀ। ਬਹੁਤ ਹੀ ਸੋਹਣੇ ਸੂਟ ਨੇ, ਕਸਟਮਰ ਨੇ ਆਪਣੇ ਪਸੰਦ ਦੇ ਅਕੋਰਡਿੰਗ ਜੀ ਰੈਡੀ ਕਰਵਾਏ ਨੇ। ਤੁਸੀਂ ਵੀ ਕੋਈ ਵੀ ਡਿਜ਼ਾਇਨ ਦੇ ਕੇ ਸਾਨੂੰ ਆਪਣੀ ਪਸੰਦ ਦਾ ਆਪਣੀ ਪਸੰਦ ਦੇ ਫੈਬਰਿਕ 'ਤੇ ਰੈਡੀ ਕਰਵਾ ਸਕਦੇ ਹੋ ਜੀ। ਵਿਦ ਇਨ ਵੀਕ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ। ਜਿਹੜਾ ਇਹਨਾਂ ਦਾ ਪ੍ਰਾਈਜ਼ ਹੋਏਗਾ ਜੀ, ਉਹ ਵਰਕ ਦੇ ਅਕੋਰਡਿੰਗ ਹੋਏਗਾ। ਤੁਸੀਂ ਜਦੋਂ ਔਡਰ ਕਰੋਗੇ ਤੁਸੀਂ ਵਰਕ ਦੇ ਅਕੋਰਡਿੰਗ ਪ੍ਰਾਈਜ਼ ਪੁੱਛ ਸਕਦੇ ਹਾਂ ਜੀ। ਫੈਬਰਿਕ ਔਰ ਵਰਕ ਦਾ ਡਿਜ਼ਾਇਨ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਰੈਡੀ ਕਰ ਸਕਦੇ ਹੋ। ਜਿੱਦਾਂ ਇਹ ਫਸਟ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਦੇਖੋ, ਇਹ ਸੂਟ ਦੇ ਨੈੱਕ ਦੇ ਉੱਤੇ ਆਪਾਂ ਥਰੈਡ ਵਰਕ ਕੀਤਾ ਜੀ, ਬਲੈਕ ਕਲਰ ਦੇ ਥਰੈਡ ਦੇ ਨਾਲ। ਸ਼ਿਮਰ ਦਾ ਫੈਬਰਿਕ ਹੋਏਗਾ ਜੀ, ਇਹ ਸ਼ਿਮਰ ਔਰਗੈਂਜ਼ਾ ਦਾ ਫੈਬਰਿਕ ਹੈ। ਇਹਦੇ ਵਿੱਚ ਕਸਟਮਰ ਨੇ ਪੂਰੇ ਸੈਂਟਰ ਪੈਨਲ 'ਚ ਇਸ ਤਰ੍ਹਾਂ ਲਾਈਨਾਂ ਪਵਾਈਆਂ ਨੇ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ। ਬਹੁਤ ਹੀ ਸੋਹਣਾ ਡਿਜ਼ਾਇਨ ਆ ਜੀ। ਇਹ ਕਲਰ ਹੈਗਾ ਪੀਚ, ਆਈ ਥਿੰਕ ਤੁਹਾਨੂੰ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਲਾਈਟ ਦਿਖਾਈ ਦੇ ਰਿਹਾ ਹੋਏਗਾ, ਬਟ ਇਹ ਪੀਚ ਜਿਹਾ ਸ਼ੇਡ ਹੈ। ਔਰ ਇਸ ਤੋਂ ਬਾਅਦ ਇਹਦੀ ਆਪਾਂ ਬਾਜ਼ੂ 'ਤੇ ਕੰਮ ਕੀਤਾ, ਉਹ ਤੁਸੀਂ ਦੇਖ ਸਕਦੇ ਹੋ, ਇਹ ਵਾਲਾ ਇਹਦੀ ਬਾਜ਼ੂ ਦਾ ਕੰਮ ਹੈ। ਬਹੁਤ ਹੀ ਸੋਹਣਾ ਡਿਜ਼ਾਇਨ ਹੈ, ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਵਾ ਸਕਦੇ ਹੋ। ਫੈਬਰਿਕ ਨੂੰ ਜਿੱਦਾਂ ਮਰਜ਼ੀ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ। ਉਸ ਤੋਂ ਬਾਅਦ ਆਪਾਂ ਨੈਕਸਟ ਸੂਟ ਰੈਡੀ ਕੀਤਾ ਜੀ, ਇਹ ਨੈਚੁਰਲ ਕਰੇਪ ਦੇ ਉੱਤੇ ਹੈ। ਇਹਦੇ ਵਿੱਚ ਆਪਾਂ ਘੇਰੇ ਦੇ ਉੱਤੇ ਵੇਲ ਪਾਈਏ ਇਸ ਤਰ੍ਹਾਂ, ਇਹ ਘੇਰੇ ਦੇ ਉੱਤੇ ਆਪਾਂ ਵੇਲ ਪਾਈ ਹੋਈ ਹੈ ਜੀ। ਨੈਚੁਰਲ ਕਰੇਪ ਦਾ ਆਲ ਓਵਰ ਸੂਟ ਆ, ਵਿਦਆਊਟ ਦੁਪੱਟਾ ਸੂਟ ਰਹਿਣਗੇ ਜੀ ਇਹ ਸਾਰੇ। ਇਸ ਤੋਂ ਬਾਅਦ ਸੇਮ ਹੀ ਆਪਾਂ ਇਹਦੇ ਬਾਜੂ ਦੇ ਉੱਤੇ ਵੇਲ ਪਾਈ ਹੋਈ ਆ, ਇਹ ਦੇਖੋ, ਇਹ ਵਾਲੀ ਵੇਲ ਇਹਦੀ ਬਾਜੂ ਦੇ ਉੱਪਰ ਆ। ਇਹ ਸਿੰਪਲ ਜਿਹਾ ਕੰਮ ਕਰਵਾਇਆ, ਹਰੇਕ ਦੀ ਆਪਣੀ ਚੋਇਸ ਹੁੰਦੀ ਆ। ਤੁਸੀਂ ਵੀ ਇੱਦਾਂ ਦਾ ਕੋਈ ਵੀ ਸੂਟ ਕਿਸੇ ਵੀ ਡਿਜ਼ਾਇਨ 'ਚ ਰੈਡੀ ਕਰਾ ਸਕਦੇ ਹੋ ਜੀ। ਉਸ ਤੋਂ ਬਾਅਦ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਜੀ, ਉਹ ਆਪਾਂ ਘੇਰੇ ਦੇ ਉੱਤੇ ਵਰਕ ਕੀਤਾ। ਨੈਚੁਰਲ ਕਰੇਪ ਦਾ ਫੈਬਰਿਕ ਹੈ, ਵੀ ਆਲ ਓਵਰ ਸੂਟ ਹੋਏਗਾ ਇਸ ਤਰ੍ਹਾਂ, ਇਹ ਦੇਖੋ, ਇਹਦਾ ਘੇਰੇ ਦਾ ਵਰਕ ਹੈ। ਆਈ ਥਿੰਕ ਤੁਹਾਨੂੰ ਸਾਰਾ ਸਹੀ ਦਿਸ ਰਿਹਾ ਹੋਏਗਾ, ਘੇਰੇ ਦਾ ਵਰਕ ਹੈ ਜੀ। ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਕਸਟਮਰ ਦਾ ਘੇਰਾ ਰੈਡੀ ਕੀਤਾ। ਉਸ ਤੋਂ ਬਾਅਦ ਇਹ ਵਾਲਾ ਫਲਾਵਰ ਉਹਨਾਂ ਨੇ ਬਾਜ਼ੂ 'ਤੇ ਕਰਵਾਇਆ ਔਰ ਬੋਟਮ 'ਤੇ ਕਰਵਾਇਆ, ਸੇਮ ਹੀ ਫਲਾਵਰ ਉਹਨਾਂ ਦਾ ਬਾਜ਼ੂ ਦੇ ਉੱਪਰ ਅਤੇ ਸੇਮ ਹੀ ਬੋਟਮ ਦੇ ਉੱਪਰ ਕੀਤਾ ਆਪਾਂ। ਇਹ ਬਾਜ਼ੂ ਦਾ ਕੰਮ ਹੈ ਜੀ, ਤੁਸੀਂ ਦੇਖ ਸਕਦੇ ਹੋ, ਇਹ ਵੀ ਡਿਜ਼ਾਇਨ ਬਹੁਤ ਸੋਹਣਾ। ਇਹਨੂੰ ਵੀ ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਮਰਜ਼ੀ ਕਸਟਮਾਈਜ਼ ਕਰਾ ਸਕਦੇ ਹੋ। ਅਗਰ ਇਹ ਵਾਲਾ ਫਲਾਵਰ ਤੁਸੀਂ ਇਸ ਸਾਈਡ 'ਤੇ ਵੀ ਪਵਾਉਣਾ ਚਾਹੁੰਦੇ ਹੋ ਤਾਂ ਦੂਸਰੀ ਸਾਈਡ 'ਤੇ ਵੀ ਤੁਸੀਂ ਪਵਾ ਸਕਦੇ ਹੋ ਘੇਰੇ ਦੇ ਕੋਰਨਰ 'ਤੇ। ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ, ਦੇਖੋ, ਉਸ ਤੋਂ ਬਾਅਦ ਆਪਾਂ ਇੱਕ ਸੂਟ ਰੈਡੀ ਕੀਤਾ ਜੀ ਪਿਓਰ ਕੋਟਨ 'ਤੇ। ਇਹ ਵਾਲਾ ਡਿਜ਼ਾਇਨ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ, ਤੁਸੀਂ ਕਾਫੀ ਇੰਸਟਾਗ੍ਰਾਮ 'ਤੇ ਕਾਫੀ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਇਹ ਵਾਲਾ ਡਿਜ਼ਾਇਨ। ਇਹ ਕੋਰਨਰ ਦਾ ਡਿਜ਼ਾਇਨ ਆ ਜੀ, ਘੇਰਿਆ ਇਹਦਾ ਇਹ ਵਾਲਾ ਹੋਏਗਾ, 20 ਇੰਚ ਘੇਰਾ ਵਾ ਅਤੇ ਹਿੱਪ ਦੇ ਉੱਪਰ ਚਾਕਾਂ ਦੇ ਉੱਤੇ ਆਪਾਂ ਵਰਕ ਕੀਤਾ, ਇਹਦਾ ਕੱਟ ਵਰਕ ਕਰਨਾ ਰਹਿੰਦਾ ਵਾ। ਤੁਸੀਂ ਇਹਨੂੰ ਵਿਦਆਊਟ ਕੱਟ ਵਰਕ ਵੀ ਸਟਿੱਚ ਕਰਵਾ ਸਕਦੇ ਹੋ, ਕੱਟ ਵਰਕ ਕਰਵਾ ਕੇ ਵੀ ਤੁਸੀਂ ਇਹਨੂੰ ਸਟਿੱਚ ਕਰਵਾ ਸਕਦੇ ਹੋ। ਇਹ ਵਾਲਾ ਇਹਦੀ ਬਾਜ਼ੂ ਦਾ ਕੰਮ ਹੈ, ਠੀਕ ਹੈ ਜੀ, ਇਹ
ਇਹਦੇ ਨਾ ਫਰੰਟ ਔਰ ਬੈਕ ਦੋਨੋਂ ਘੇਰੇ ਦੇ ਉੱਤੇ ਆਪਾਂ ਕੰਮ ਕੀਤਾ ਹੋਇਆ ਇਸ ਤਰ੍ਹਾਂ। ਇਹ ਵਾਲਾ ਇਹਦੀ ਬੈਕ ਘੇਰੇ ਦਾ ਕੰਮ ਹੈ, ਦੂਸਰੀ ਸਾਈਡ ਆਪਾਂ ਤੁਹਾਨੂੰ ਫਰੰਟ ਘੇਰਾ ਦਿਖਾਇਆ ਸੀ। ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਬਣਨ ਤੋਂ ਬਾਅਦ। ਆਪਾਂ ਆਪਣਾ ਯੂਟਿਊਬ ਦੇ ਉੱਤੇ ਇਹਦੀ ਵੀਡੀਓ ਵੀ ਪਾਈ ਹੋਈ ਆ। ਉਹ ਸ਼ੇਡ ਥੋੜ੍ਹਾ ਜਿਹਾ ਇਹਦੇ ਨਾਲੋਂ ਡਿਫਰੈਂਟ ਆ, ਥੋੜ੍ਹਾ ਲਾਈਟ ਸ਼ੇਡ ਆ। ਉਹਦੇ ਵਿੱਚ ਆਪਾਂ ਕੱਟ ਵਰਕ ਕਰਕੇ ਵੀਡੀਓ ਮੈਂਸ਼ਨ ਕੀਤੀ ਹੋਈ ਆ, ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੋਂਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ। ਬਹੁਤ ਹੀ ਸੋਹਣਾ ਔਰ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਜੀ ਇਹ ਵਾਲਾ। ਆਪਾਂ ਕਾਫੀ ਸੂਟ ਇਹਦੇ ਵਿੱਚ ਵਰਕ ਕਰਕੇ ਦਿੱਤੇ ਨੇ, ਬਾਕੀ ਆਪਾਂ ਡਿਸਪੈਚ ਕਰਾ ਦਿੱਤੇ ਸੀ ਅਤੇ ਇਹ ਵਾਲਾ ਸੂਟ ਹਜੇ ਰਹਿੰਦਾ ਸੀ ਡਿਸਪੈਚਿੰਗ ਕਰਨੀ ਹੋ, ਤਾਂ ਆਪਾਂ ਤੁਹਾਨੂੰ ਇਹਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ। ਇਹ ਵੀ ਆਲ ਓਵਰ ਹੀ ਸੂਟ ਹੈ ਜੀ, ਵਿਦਆਊਟ ਦੁਪੱਟਾ ਰਹੇਗਾ। ਉਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਸ਼ਿਮਰ ਔਰਗੈਂਜ਼ਾ ਦਾ ਫੈਬਰਿਕ ਪਿਆ ਜੀ, 5.25 ਮੀਟਰ ਫੈਬਰਿਕ ਹੈ ਇਹ। ਦੇਖੋ ਟਾਈ ਐਂਡ ਡਾਈ ਕੀਤਾ ਹੋਇਆ ਆਲ ਓਵਰ ਸੂਟ ਹੈ, ਵਿਦਆਊਟ ਵਰਕ ਹੈ ਜੀ ਇਹ। ਅਗਰ ਕਿਸੇ ਨੇ ਕਸਟਮਰ ਨੇ ਵੀ ਇਹਨੂੰ ਬਾਏ ਕਰਨਾ ਤਾਂ ਉਹਦੇ ਲਈ ਤੁਸੀਂ ਮੈਨੂੰ ਮੇਰੇ ਵਟਸਐਪ 'ਤੇ ਮੈਸੇਜ ਕਰਕੇ ਇਹਦਾ ਪ੍ਰਾਈਜ਼ ਵਗੈਰਾ ਕਨਫਰਮ ਕਰ ਸਕਦੇ ਹੋ। ਇਹ ਆਪਾਂ ਦੋਨੋਂ ਸੂਟ ਸੇਲ 'ਚ ਲਗਾਏ ਆ। ਦੂਸਰਾ ਕਲਰ ਇਹਦਾ ਇਹ ਵਾਲਾ ਜੀ, ਇਹ ਸ਼ੇਡ ਇਹਦਾ ਦੂਸਰਾ ਸ਼ੇਡ ਹੈ। ਇਹਨਾਂ ਦਾ 5.25 ਮੀਟਰ ਫੈਬਰਿਕ ਹੋ ਗਿਆ। ਤੁਸੀਂ ਜਿੱਦਾਂ ਮਰਜ਼ੀ ਇਹਦਾ ਫਰੋਕ ਸੂਟ ਬਣਵਾ ਸਕਦੇ ਹੋ ਜਾਂ ਫਿਰ ਤੁਸੀਂ ਇਹਦੀ ਸਲਵਾਰ ਸੂਟ ਬਣਾ ਸਕਦੇ ਹੋ। ਅਗਰ ਤੁਸੀਂ ਇਸ ਫੈਬਰਿਕ ਦੇ ਉੱਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ। ਉਹਦੇ ਲਈ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ 'ਤੇ ਵਟਸਐਪ ਕਰਕੇ ਆਪਣਾ ਕੁਐਰੀ ਆ ਜਿਹੜੀ ਉਹ ਕਰ ਸਕਦੇ ਹੋ ਜੀ। ਚਲੋ ਜੀ, ਇਹ ਸੀਗੀ ਆਪਣੀ ਅੱਜ ਦੀ ਕਲੈਕਸ਼ਨ। ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੂਟਾਂ ਨਾਲ। ਥੈਂਕ ਯੂ।